ਤੇ ਪਾਣੇ ਨੇ ਆ ਨਾ ਆਪਣੇ ਘਰ ਵਗੈਰਾ ਲਗਾਇਆ ਹੋਇਆ ਹੈ ਇਸ ਰਹੇ ਥੇ ਕਰੇ ਕਿ ਯੇ ਇਧਰ ਮੇਰੀ ਬੀਵੀ ਔਰ ਮੇਰੇ ਬੱਚਿਆਂ ਨੇ ਟਿੱਡੀ ਫੜੀ ਹੈ ਫੜਤੇ ਤੇ ਉਹ ਇਸ ਅਫਸਰ ਨੂੰ ਅਸੀਂ ਇੱਥੇ ਲਿਆ ਤੇ ਵੇਚਦੇ ਰਹੇ ਉੱਥੇ ਉਹਨਾਂ ਤੋਲ ਤੇ ਸਾਡੇ ਕੋਲ 20 ਰੁਪਏ ਕਿਲੋ ਦੇ ਹਿਸਾਬ ਤੋਲ ਤੇ ਲੈਂਦੇ ਰਹੇ ਬਰਸੇਮ ਦੀ ਫਸਲ ਆਲੂ ਦੀ ਫਸਲ ਮਟਰ ਕੀ ਔਰ ਇਹ ਗੰਦਮ ਅਸੀਂ ਜੀ ਜੇ ਟਿੱਡੀ ਦੀ ਹਾਲ ਹਾਲ ਪਈ ਅਸੀਂ ਆਇਆ ਕਾਦੇ ਗਾਉਂ ਮੇ ਕੰਮ ਕਰਨੇ ਆ ਸਾਰੇ ਲੋਕ ਇਕੱਠੇ ਹੋ ਗਏ ਵੀ ਆਹ ਕੀ ਆ ਗਿਆ ਟਿੱਡੀ ਅਸੀਂ ਬਾਂਦੇ ਟਿੰਡਾ ਤੇ ਆਪਦਾ ਖੱਪੀ ਪੇ ਖੜਕਾਉਂਦੇ ਰਹੇ ਟਿੱਡੀ ਮੋੜੀ ਬਹਿ ਗਈ ਬਹਿ ਤੇ ਟਿੱਡੀ ਬੜਾ ਨੁਕਸਾਨ ਸਾਡਾ ਕੀਤਾ ਹੈ ਅਫਸਰ ਜਿਹੜੇ ਆਏ ਇੱਥੇ ਆਏ ਉਹਨਾਂ ਆਖਿਆ ਅਸੀਂ ਜ਼ਿੰਦਾ ਫੜਤੇ ਕੋ ਵੇਚੋ ਉਹ ਅਸੀਂ ਫੜਨਾ ਸ਼ੁਰੂ ਕਰ ਦਿੱਤੀ ਹੈ ਬੱਚੇ ਬੀਵੀ ਸਾਰੇ ਜਿਹੜੇ ਨੇ ਉਹ ਫੱਦਿਆ ਹਲੇ ਹਲੇ ਤੇ ਉਹ ਜੋ ਸਾਡਾ ਨੁਕਸਾਨ ਬਹੁਤ ਹੋ ਰਿਹਾ ਸੀ ਤੇ 5000 ਦੀ ਵੇਚੀਏ 1.5-2 ਲੱਖ ਦਾ ਨੁਕਸਾਨ ਹੋਇਆ ਉਹਨਾਂ ਨੇ ਇੱਕ ਕੰਪੇਨ ਲਾਂਚ ਕੀ ਥੀ ਕਿ ਆਪ ਇਸਕੋ ਜ਼ਿੰਦਾ ਪਕੜੇ ਤੋ ਹਮ ਇਸਕੋ ਪੋਲਟਰੀ ਫੀਡ ਮੇ ਇਸਕੇ ਇਨਗ੍ਰੀਡੀਐਂਟ ਕੇ ਤੌਰ ਪੇ ਯੂਜ਼ ਕਰੇਂਗੇ ਤਕਰੀਬਨ 700 ਮੰਦ ਲੋਗੋਂ ਨੇ ਯਹਾਂ ਸੇ ਵੋ ਪੋਲਟਰੀ ਉਹਨਾਂ ਨੇ ਇਸਕੋ ਪਕੜਾ ਪਕੜਨੇ ਕੇ ਬਾਅਦ ਵੋ 15 ਰੁਪਏ ਕਿਲੋ ਕੇ ਹਿਸਾਬ ਸੇ ਫੂਡ ਸਿਕਿਉਰਿਟੀ ਵਾਲੇ ਵਹਾਂ ਸੇ ਇਨਸੇ ਪਰਚੇਸ ਕਰਕੇ ਲੈ ਗਏ ਔਰ ਉਸਕੇ ਬਾਅਦ ਇਨਕੇ ਟੈਸਟ ਹੋਏ ਫਰਦਰ ਇਨਕੇ ਟੈਸਟ ਅਭੀ ਮੇਰੇ ਖਿਆਲ ਅੰਡਰ ਪ੍ਰੋਸੈਸ ਹੈ ਜੈਸੇ ਜੈਸੇ ਥੋੜ੍ਹਾ ਸਾ ਟੈਂਪਰੇਚਰ ਰੇਜ਼ ਹੋਤਾ ਹੈ ਵਾਰਮ ਹੋ ਜਾਤੀ ਹੈ ਫਿਰ ਇਹ ਉੜਨਾ ਸ਼ੁਰੂ ਕਰ ਦਿੱਤੀ ਹੈ ਫਿਰ ਇਸਕੋ ਪਕੜਨਾ ਆਸਾਨ ਹੈ ਕਿ ਇਹ ਸੁਬਹ ਕੇ ਵਕਤ ਤਕਰੀਬਨ ਇਨਐਕਟਿਵ ਹੋਤੀ ਹੈ ਜ਼ਮੀਨ ਪੇ ਪੜੀ ਹੋਤੀ ਹੈ ਆਪ ਇਸਕੋ ਪਕੜ ਪਕੜ ਕੇ ਇਕੱਠੀ ਕਰਕੇ ਤੋੜੇ ਮੇਂ ਡਾਲ ਸਕਤੇ ਹੈ ਇਹਦਾ ਪਕੜਨਾ ਆਸਾਨ ਨਹੀਂ ਆ ਟਿੱਡੀ ਆਸਾਨ ਪਕੜਨੀ ਹੈ ਜੰਗਲ ਦੇ ਵਿੱਚ ਸੱਪ ਆ ਕੀੜਾ ਜੋ ਕੁਛ ਵਿੱਚੇ ਹੀ ਆ ਡਰਦਿਆਂ ਮਰਦਿਆਂ ਜਿਸ ਤਰ੍ਹਾਂ ਅਸੀਂ ਪਕੜ ਕੇ ਜਨਾਬ ਸਾਨੂੰ ਵੇਚਿਆ ਗਰੀਬ ਬੰਦੇ ਫਸਲ ਤਾਂ ਉਹ ਛੱਡੀ ਕੋਈ ਨਹੀਂ ਮੁੜ ਆਪਣੇ ਪੇਟ ਤਾਂ ਪੂਰਾ ਕਰਨਾ ਹੀ ਕਰਨਾ ਉਹ ਬੱਚੇ ਦੇ ਗਈ ਵਿੱਚ ਆਂਡੇ ਜੰਗਲ ਤੇ ਦੇ ਕੇ ਗਈ ਬਾਅਦ ਵਿੱਚ ਮੁੜ ਸਪਰੇਆਂ ਆ ਗਈਆਂ ਉਹ ਸਪਰੇਆਂ ਕਰਨ ਲੱਗ ਪਏ ਮੁੜ ਉਹਨਾਂ ਮੁੱਲ ਖਰੀਦ ਨੂੰ ਛੱਡ ਦਿੱਤੀ ਹੈ ਬਹੁਤ ਲੋਕਾਂ ਨੇ ਫੜੀਆਂ ਨੇ ਫੜੀਆਂ ਨੇ ਮੈਂ ਵੀ ਫੜੀਆਂ ਲੇਕਿਨ ਸਾਨੂੰ ਇਹ ਨਹੀਂ ਸੀ ਪਤਾ ਵਿਕਦੀਆਂ ਨੇ ਅਸੀਂ ਛੱਡ ਦਿੱਤੀਆਂ ਨੇ ਜੀ ਟਰਾਲਿਆਂ ਦੇ ਹਿਸਾਬ ਨਾਲ ਵੇਚਣੀ ਸੀ ਇੰਨਾ ਕੁ ਇੰਜ ਸੀ ਰੋਡ ਦੇ ਉੱਤੇ ਇੰਜ ਨਜ਼ਰ ਆ ਰਿਹਾ ਸੀ ਬਹੁਤ ਆਈ ਸੀ ਟਿੱਡੀ ਇੱਥੇ ਸਾਡੇ ਵੱਲੇ